मेरा दिल करता तुसी ना मेरे नाल भाई ने मेरा दिल करता मेरे नाल चतड़ोल किस करो ओ क्यों की ए ओ कुत्ते ने पुत्रा ड्रामे तोड़ के केड़े वाल लाए ए सारी है मौन जी खुसरा बने है इना ठंडा ना कर किसे कोसा कोसा भी पीना होंदा ऐसा बोल जोड़ जाने अपनी कुड़ी वाकफ पढ़न आया डर तो मैं गेटअप बदलिया 500 दे कल ली मैं 600 ला होनी दे जफी की गल छापर भी इस्तेमाल करे छापर ना लभे अगले पत्ते ला लेंगे सारे लड़े कले कले सुन के गल करो फिर मैं उस बंदे ने पूछा दो नंबर घर जाना इतने
बरादरी का पता नहीं लगन डेया एक नूं तां मैं प्यार नाल टैड़ी टैड़ी कहिंदा दूजा बोली है हेलो तुसीं डांग ते गट्टा लागे नहीं लैंदे की डांग ते गट्टा लागे गट्टा बहुत डेंजरस है ना फले गट्टा ए की वेजदे ने डांग ते गट्टा लागे नहीं की वेजदे ने गट्टा गट्टा केड़ा ए केड़ा तुहाडे हाथ आ ये पूरे जिस्म की तस्वीर कर लिया मैं बिलकुल कुआरा रिसर्च कर लो लगता ਲੱਗਦਾ ਦੋ ਤਿੰਨ ਤਲਾਕਾਂ ਦਿੱਤੀਆਂ ਉਹ ਨਹੀਂ ਸਾਡੇ ਤਲਾਕ ਦਾ ਰਵਾਜ ਨਹੀਂ ਅਸੀਂ ਹੱਥੀ ਮਾਰ ਛੱਡਨੇ ਹੁੰਦੇ ਅਸੀਂ ਚੌਧਰੀ ਲੋਕ ਸਾਡੇ 'ਚ ਤਲਾਕ ਦਾ ਕੰਮ ਹੀ ਕੋਈ ਨਹੀਂ ਸਾਰਿਆ ਤੂੰ ਚੌਧਰੀ ਤੁਹਾਡੇ ਤੇ ਮੀਨਾ ਦਾ ਕੀ ਢੋਲ ਗਿਆ ਅੱਗ ਦਿਨ ਦਾਦਰ ਦਾਦਾ ਕਰ ਦਾਦਾ ਦਾ ਅਲਹਮਦੁਲਿਲਾ ਅਸੀਂ ਸਾਡੇ ਤਲਾਕ ਦਾ ਰਵਾਜ ਨਹੀਂ ਅਸੀਂ ਨਹੀਂ ਦੇਦੇ ਤਲਾਕ ਇਹ ਭਲਾਈ ਜੇ ਔਰਤ ਹੱਥ 'ਚ ਹੁੰਦੀ ਨਾ ਇਹ ਗੱਲ ਕਿ ਉਹ ਬੰਦੇ ਨੂੰ ਤਲਾਕ ਦੇ ਸਕਦੀ ਤੇ ਸਾਡੀਆਂ ਯਕੀਨ ਕਰੋ ਤਾਰਾਂ ਟੰਗੀਆਂ ਹੋਣੀਆਂ ਲੈ ਲੈਂਦੀ ਔਰਤਾਂ ਖੁੱਲਾ ਨਹੀਂ ਕਰਦੀਆਂ ਅਦਾਲਤ ਜਾਓ ਤਲਾਕ ਹੋ ਜੀ 10 ਦਿਨ ਬਾਅਦ ਤਲਾਕ ਇੱਡਾ ਤੂੰ ਪੜਿਆ ਲਿਖਿਆ ਤੇਰਾ ਫੈਸਲ ਤੇ ਕੀ ਕੰਮ ਮੇਰਾ ਇੱਕ ਦੋਸਤ ਹੈ पंचायत बैठी बुढ़ी रोन लग पी कहिंदा झूठ बोलदी है चौधरी साहब ए वड्डा भाज है बड़ा यकीन करो मैं मुतमिन होया मुतमिन हो के मैं बदवा ही देंगे अपनी बची लियाओ छो शादी खड़ोते हैं दिल होना चाहिए जवान गल ਕੀ ਨਾਂ ਤੁਹਾਡਾ ਤੇ ਮੈਨੂੰ ਕਹਿੰਦੇ ਨੇ ਆਪਣਾ ਨਾਜ਼ਮ ਨਾਜ਼ਮ ਸਾਹਿਬ ਪਿਆਰ ਨਾਲ ਨਾਜ਼ਮ ਕਹਿੰਦੇ ਨੇ ਉਹ ਤੇ ਵੈਸੇ ਤੇ ਇਲੈਕਸ਼ਨ ਲੜਿਆ ਸੀ ਨਾਜ਼ਮ ਹਾਂ ਇੰਤਹਾਬੀ ਨਿਸ਼ਾਨ ਮੂਲੀ ਆਇਆ ਹੋਣਾ ਅਮੋਰ ਲਾਣ ਦੇ ਬਜਾਏ ਲੋਨ ਲਾ ਗਏ ਹੋਣੇ ਵੈਸੇ ਤੇ ਉਹਨਾਂ ਦਾ ਕੰਮ ਜਨਾਬ ਕਾਰੋਬਾਰ ਪਹਿਲਾਂ ਉਹਨਾਂ ਦਾ ਰਾਜਗਿਰੀ ਸੀ ਅੱਛਾ ਹੁਣ ਉਹ ਤੱਲਾਗਿਰੀ ਕਰਦੇ ਨੇ ਜੀ ਆਪਣੀ ਬੇਟੀ ਕੋਲੇ ਜਿਹੜੇ ਮੈਨੂੰ ਬੜੇ ਵੋਟ ਪਏ ਅੱਛਾ ਜੀ ਇਹ ਆਪਣਾ ਮੇਰੇ ਰਿਸ਼ਤੇਦਾਰ ਨਹੀਂ ਉਹਨਾਂ ਨੇ ਵੋਟ ਮਿਲਣੀ ਪਾਏ ਸਿਰਫ ਤਿੰਨ ਵੋਟ ਪਏ ਤੁਹਾਡੀ ਗੱਲ ਬੜੀ ਰੀਪਲੇ ਗੱਲ ਹੈ ਮੈਂ ਕਿਹਾ ਤੁਹਾਡੀ ਗੱਲ ਲੰਮੀ ਹੈ ਤੇਰਾ ਕੋ ਲੰਮਿਆ ਪੈ ਕੇ ਨਾ ਕਰ ਲਈ ਆਪਣੀ 25 ਪਲਾਓ ਫਟਾਫਟ 25 ਪਿੱਛੋਂ ਟਰੈਕਟਰ ਨੇ ਭੇਜਣੀ ਮੈਂ ਭੇਜਣੀ ਹਲੋ 25 ਤਿਆਰ ਹੋਣ ਲਈ ਅੱਛਾ ਜੀ ਅੱਛਾ ਜੀ ਤੁਸੀਂ ਗੱਲਾਂ ਬਾਤ ਕਰੋ ਮੈਂ ਹੁਣੇ ਆਇਆ ਜਿਹੜੀ ਤਿਆਰ ਹੈ ਉਹਨੂੰ ਕਰ ਦਿਓ ਜਵੇਦ ਸਾਹਿਬ ਤੁਸੀਂ ਆਪਣਾ ਕੀ ਕਾਰੋਬਾਰ ਹੈ ਤੁਹਾਡਾ ਜੀ ਮੇਰਾ ਕਾਰੋਬਾਰ ਸਰ ਮੈਂ ਹਨੇਰੀਆਂ ਦੇ ਦੌਰ ਨੇ ਹਨੇਰੀ ਜਦੋਂ ਚੱਲਦੀ ਹੈ ਨਾ ਇਹ ਜਿੱਥੋਂ ਜਿੱਥੋਂ ਛਾਪਰ ਉੱਡਦੇ ਨੇ ਨਾ ਅਸੀਂ ਉੱਥੇ ਪਹੁੰਚਾਉਂਦੇ ਹਾਂ ਜਨਾਬ ਮੇਰੀ ਬੇਟੀ ਨੂੰ ਭੁੱਖਾ ਨਾ ਮਾਰ ਦੇ ਮੈਂ ਨਹੀਂ ਭੁੱਖਾ ਕਾ ਨਹੀਂ ਭਰਨਾ ਉਹਨੇ ਲੱਖ ਰੁਪਈਆ ਮਹੀਨਾ ਕਮਾ ਲੈਣਾ ਕਿ ਨਹੀਂ ਹਾਂ ਲੱਖ ਰੁਪਈਆ ਕਿਉਂ ਭਈਆ ਲੱਖ ਰੁਪਏ ਮਹੀਨਾ ਕਮਾਉਂਦਾ ਕਿ ਨਹੀਂ 1 ਲੱਖ ਕਈ ਲੱਖਾਂ ਕਮਾਉਂਦੇ ਨੇ 1 ਲੱਖ ਦੀ ਵੀ ਗੱਲ ਕਰਦੇ 1 ਲੱਖ ਹਾਂ ਛੱਡ ਗੱਲਾਂ ਦੇ
ਇੱਥੇ ਤੇ ਰੂੜੀ ਚੋਂ ਜੂਸ ਚੁੱਕਣ ਵਾਸਤੇ ਵੀ ਆਪਣਾ ਬੰਦਾ ਰੱਖਿਆ। ਮੇਰੀ ਬੇਟੀ ਜਿਹੜੀ ਹੈ ਨਾ, ਪੋਸ ਦੇਣਾ ਜਰਾ, ਉਹਦੀ ਜਿਹੜੀ ਹੈ ਨਾ ਅਖਰਾਜਾਤ ਬੜੇ ਬੜੀ ਲਾਡਲੀ ਹੈ। ਅੱਛਾ ਜੀ, ਇੱਕ ਦਿਨ ਦਾ ਖਰਚਾ ਹੁੰਦਾ 10,000 ਰੁਪਈਆ, ਫੋਟ ਕਰ ਲੇਗਾ ਕੀ ਹੋ ਗਿਆ? ਇੱਕ ਦਿਨ ਦਾ ਉਹਦਾ 10,000 ਖਰਚਾ ਹੈ? ਓਏ ਉਹ ਕੀ ਪੈਂਪਰ ਲਾਉਂਦੀ ਏ? ਪਿਓ ਮਰ ਗਿਆ, ਬੇਟੀ ਨੀ ਮੰਨਣ ਡਈ। ਕਿਉਂ ਜੀ? ਉਹ ਆਂਦੀ ਮੈਂ ਤੇਰੇ ਨਾਲ ਹੀ ਵਿਆਹ ਕਰਾਂਗਾ, ਤੁਸੀਂ ਹੁਣ ਦੌੜ ਜਾਓ, ਤੁਹਾਡਾ ਕੋਈ ਇੱਥੇ ਕੰਮ ਨਹੀਂ। ਅੱਛਾ ਜੀ, ਤੂੰ ਬਗੈਰਤ ਲੱਗੇਗਾ ਜੇ ਇੱਥੇ ਸੋਏਗਾ। ਇਹੋ ਜਿਹੇ ਬੰਦੇ ਈਦ ਦਾ ਦਿਨ ਮਾਰ ਕੇ ਦੂਜੇ ਦੀ ਵੀ ਖਰਾਬ ਕਰ ਦਿੰਦੇ।